ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਟੀਮ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਣੀ ਦੇ ਘਰ ਪੁੱਜੇ। ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਤੇ ਵਿਧਾਇਕ ਇੰਦਰਜੀਤ ਸਿੰਘ ਬਦਾਰੀਆ ਵੀ ਮੌਜੂਦ ਸਨ। ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਸਾਡੀ ਪਰਿਵਾਰਕ ਮੁਲਾਕਾਤ ਹੈ। ਇਸ ਮੌਕੇ ਤੇ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੈਪਟਨ ਤੇ ਸਿੱਧੂ ਇੱਕ ਹਨ, ਇਹ ਕਾਂਗਰਸ ਹਾਈਕਮਾਂਡ ਦਾ ਪ੍ਰੋਗਰਾਮ ਹੈ। ਕੈਪਟਨ ਸਾਹਿਬ ਜ਼ਰੂਰ ਆਉਣਗੇ, ਕੱਲ ਸਾਡੇ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਮਹਾਨ ਸ਼ਖਸੀਅਤਾਂ ਆਉਣਗੀਆਂ। ਢੋਲ ਧਮਾਕੇ ਦੇ ਨਾਲ ਪੂਰਾ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਰਿਹਾ ਹੈ। ਕੈਪਟਨ ਸਾਹਿਬ ਵੀ ਪਹੁੰਚਣਗੇ। ਇਹ ਕਾਂਗਰਸ ਪਾਰਟੀ ਦੇ ਬਣਾਏ ਹੋਏ ਕਪਤਾਨ ਹਨ। ਕਾਂਗਰਸ ਵਿੱਚ ਕੋਈ ਵੀ ਗੁੱਟ ਨਹੀਂ, ਕੋਈ ਤੜਾ ਨਹੀਂ ਹੈ। ਇਸ ਮੌਕੇ ਇੰਦਰਵੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਕੈਪਟਨ ਸਾਹਿਬ ਸਰੀਰ ਹਨ ਅਤੇ ਨਵਜੋਤ ਸਿੱਧੂ ਜਾਨ ਹਨ, ਸਾਰੇ ਇਕੱਠੇ ਹਨ ਅਤੇ ਸਾਰੇ ਹੀ ਇਕੱਠੇ ਨੇ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਾਈਕ ਰੱਖੋ ਥੋੜਾ ਜਿਹਾ। ਓ ਯਾਰ ਕੌਣ ਹੈ ਯਾਰ, ਥੱਲੇ ਰੱਖ ਦੇ ਮਾਈਕ। ਕੀ ਹੋਸ਼ ਯਾਰ, ਥੱਲੇ ਰੱਖ ਦੋ। ਕੀ ਕਰਨ ਦੇ ਤੁਸੀਂ ਦੱਸ ਯਾਰ, ਇੱਥੇ ਰੱਖ ਦਿਓ ਮਾਈਕ ਤੁਸੀਂ। ਥੱਲੇ ਰੱਖੋ ਸਾਰੇ ਯਾਰ, ਥੱਲੇ ਰੱਖੋ ਸਾਰੇ। ਹਾਂਜੀ ਹਾਂਜੀ, ਕੈਪਟਨ ਸਾਹਿਬ ਇਨਵਾਈਟ ਕੀਤਾ। ਜਿਹੜੇ ਸਾਡੇ ਮਹਾਨ ਸਖੀਤਾਨ ਜੀ ਹੈ ਔਰ ਪੰਜਾਬ ਦਾ ਇੱਕ ਇੱਕ ਵਰਤਨ ਪਿੰਡ ਦਾ ਸ਼ਹਿਰ ਦਾ ਔਰ ਢੋਲ ਧਮਾਕਿਆਂ ਦੇ ਨਾਲ ਭੰਗੜਾ ਪਾਉਂਦਾ ਔਰ ਸਾਡੀਆਂ ਭੈਣਾਂ ਗਿੱਧੇ ਦੇ ਭੰਗੜਿਆਂ ਦੇ ਨਾਲ ਸਭ ਲੋਕ ਉੱਥੇ ਆਉਣਗੇ ਔਰ ਖੁਸ਼ੀ ਦਾ ਪੰਜਾਬ ਦੇ ਵਿੱਚ ਮਾਹੌਲ ਹੈ। ਔਰ ਉੱਥੇ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਆਉਣਗੇ, 100% ਕੈਪਟਨ ਅਮਰਿੰਦਰ ਸਿੰਘ ਆਉਣਗੇ ਔਰ ਉਹ ਸਾਰੇ ਜਿਹੜੇ ਅਸੀਂ ਉੱਥੇ ਹੋਵਾਂਗੇ। ਅਸੀਂ ਸਾਰੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ, ਅਸੀਂ ਸਾਰੇ ਨੇ ਬੇਨਤੀ ਕੀਤੀ ਹੈ ਔਰ ਸਾਰੇ ਉੱਥੇ ਹੋਣਗੇ। ਔਰ ਇਹ ਕਾਂਗਰਸ ਦਾ ਫੰਕਸ਼ਨ, ਇਹ ਕਾਂਗਰਸ ਦੇ ਬਣਾਏ ਹੋਏ ਕਪਤਾਨ ਹੈ ਔਰ ਇਸ ਲਈ ਮੈਂ ਸਪਸ਼ਟ ਤੌਰ ਦੇ ਉੱਪਰ ਕਹਿ ਰਿਹਾ ਕਿ ਕਾਂਗਰਸ ਦੇ ਅੰਦਰ ਕੋਈ ਗੁੱਟ ਨਹੀਂ, ਕੋਈ ਧੜਾ ਨਹੀਂ। ਸਾਡਾ ਇੱਕ ਗੁੱਟ ਹੈ ਉਹ ਸੋਨੀਆ ਗਾਂਧੀ ਹੈ, ਸਾਡਾ ਇੱਕ ਧੜਾ ਹੈ ਉਹ ਕਾਂਗਰਸ ਪਾਰਟੀ ਹੈ। ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਿਪਾਹੀ ਹੈ ਔਰ ਸਾਰੇ ਕਾਂਗਰਸ ਪੰਡਤਾਂ ਹੱਥ ਚੁੱਕ ਕੇ ਕਪਤਾਨ ਹੋ ਗਏ ਬਈ। ਮੈਂ ਕੀ ਕਹਿ ਰਿਹਾ ਬਈ, ਇਹ ਕਾਂਗਰਸ ਪਾਰਟੀ ਦਾ ਮੈਨੂੰ ਇੱਕ ਗੱਲ ਦੱਸ ਭਾਈ, ਜਿਹੜੇ ਘਰ ਦੇ ਵਿੱਚ ਦਾਣੇ ਹੁੰਦੇ ਨਾ ਬਾਹਰ ਤੂੜੀ ਤੋਂ ਪਛਾਣੇ ਜਾਂਦੇ, ਤੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਹੈਗਾ ਨਹੀਂ ਹੈ। ਔਰ ਜਿਹੜਾ ਬਾਈ ਦੇ ਵਿੱਚ ਕਾਂਗਰਸ ਆ ਰਹੀ ਹੈ, ਤੂੰ ਦੇਖ ਨਹੀਂ ਡਿਆ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਬੀਜੇਪੀ, ਉਹ ਹੁਣ ਖੁੱਡਾਂ ਵਿੱਚ ਵੜਨੇ ਸ਼ੁਰੂ ਹੋ ਗਈ, ਉਹ ਭਜਣੇ ਸ਼ੁਰੂ ਹੋ ਗਈ, ਤੇ ਜਦੋਂ ਚੂਹੇ ਭਾਈ ਦੇ ਨਜ਼ਰ ਆਉਣ ਨਾ ਉਹਦਾ ਪਤਾ ਲੱਗ ਜਾਂਦਾ ਵੀ ਸ਼ੇਰ ਆਉਣਾ ਲੱਗ ਜਾਂਦਾ। ਹਾਂਜੀ ਬਲਾਰੀ ਸਾਹਿਬ ਸਰੀਰ ਔਰ ਆਤਮਾ ਦਾ ਮੇਲ ਜਿਹੜਾ ਉਹੀ
ਸਿੱਧੂ ਸਾਹਿਬ ਦੇ ਗ੍ਰਹਿ ਵਿਖੇ ਬਹਿ ਕੇ ਅਸੀਂ ਬਹੁਤ ਹੀ ਵਧੀਆ ਫੈਸਲਾ ਸਾਰਿਆਂ ਨੇ ਲਿਆ ਕਿ ਸਤਿਕਾਰਯੋਗ ਮਾਣਯੋਗ ਸਾਡੇ ਪੰਜਾਬ ਦੀ ਆਣ ਬਾਣ ਸ਼ਾਨ ਕੈਪਟਨ ਸਾਹਿਬ ਨੂੰ ਨਿਉਤਾ ਦੇਣਾ ਔਰ ਸਤਿਕਾਰ ਦੇ ਨਾਲ ਉਹਨਾਂ ਨੂੰ ਨਿਮੰਤਰਣ ਪੱਤਰ ਦੇਣਾ। ਸੋ ਇਸ ਕਰਕੇ ਅਜਿਹੀ ਕੋਈ ਗੱਲ ਰਹਿ ਨਹੀਂ ਗਈ। ਬਾਕੀ ਮੀਡੀਆ ਨੇ ਜਿਹੜੀ ਗੱਲ ਬਣਾਉਣੀ ਆ ਉਹ ਤੁਹਾਡੇ ਵੀਰਾਂ ਨੂੰ ਪੂਰੀ ਆਜ਼ਾਦੀ ਆ। ਸਿੱਧੂ ਸਾਹਿਬ ਜੇ ਉਹ ਸਰੀਰ ਨੇ ਤੇ ਸਾਡਾ ਇਹ ਵੱਡਾ ਭਾਈ ਇਹ ਆਤਮਾ ਅਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਸੁਨੀਲ ਕੁਮਾਰ ਦੀ ਰਿਪੋਰਟ।